ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਮਨ ਸਵਾਦ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕਿਆ ਹੈ ਜੀ ਜਿਸ ਦੇ ਵਿੱਚ ਟੋਟਲ 2265 ਸਮੇ ਜਿਹੜੀਆਂ ਨੇ 10ਵੀਂ 12ਵੀਂ ਤੇ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕੇ ਹਨ ਜਿਸ ਦੇ ਵਿੱਚ ਬਹੁਤ ਵਧੀਆ ਓਪਰਚੁਨਿਟੀ ਹੈ ਸੋ ਕਿੱਦਾਂ ਅਪਲਾਈ ਕਰਨਾ ਹੈ ਕੌਣ ਕੌਣ ਅਪਲਾਈ ਕਰ ਸਕਦਾ ਹੈ ਜੀ ਪੂਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਮੈਂ ਦੇਣ ਜਾ ਰਿਹਾ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇਗਾ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਵੀ ਅਪਲਾਈ ਕਰ ਪਾਓਗੇ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਕਈ ਵੈਕੈਂਸੀਜ਼ ਨੇ ਜਿਹੜੇ ਕਿ ਪੰਜਾਬ ਆਪਦੇ ਕੈਂਡੀਡੇਟਸ ਲਈ ਆਊਟ ਹੋ ਚੁੱਕੇ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਜੋ ਕਿ meetacademy.xyz ਤੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਹਰ ਇੱਕ ਰਿਕਰੂਟਮੈਂਟ ਅਪਡੇਟ ਡਾਟਾ ਜੋ ਲੈ ਕੇ ਆਂਦਾ ਹੀ ਰਵਾਂਗਾ ਜੋ ਜੁੜੇ ਰਹਿਣਾ ਸਾਰੇ ਅਪਡੇਟਸ ਨੂੰ ਸਭ ਤੋਂ ਪਹਿਲਾਂ ਲੈਣ ਦੇ ਲਈ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਲੇਕਿਨ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜ ਡਾਊਨਲੋਡ ਕਰਕੇ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਉਹ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਮਿਲਿਆ ਚਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਇਸ ਦੇ ਵਿੱਚ ਦੋ ਅਲੱਗ-ਅਲੱਗ ਨੋਟੀਫਿਕੇਸ਼ਨ ਨੇ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਪਹਿਲੇ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਇਹ ਨੋਟੀਫਿਕੇਸ਼ਨ ਸਾਊਥਰਨ ਰੇਲਵੇ ਵੱਲੋਂ ਆਊਟ ਕੀਤਾ ਗਿਆ ਹੈ 올 ਇੰਡੀਆ ਕੈਂਡੀਡੇਟ ਦੇ ਲਈ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਨੋਟੀਫਿਕੇਸ਼ਨ 1 ਅਕਤੂਬਰ 2022 ਨੂੰ ਰਿਲੀਜ਼ ਕੀਤਾ ਗਿਆ ਸੀ 11 ਅਕਤੂਬਰ ਤੋਂ ਆਲਰੇਡੀ ਅਪਲਾਈ ਕਰਨਾ ਸਟਾਰਟ ਹੋ ਚੁੱਕਿਆ ਬਾਅਦ ਆਲ ਇੰਡੀਆ ਮੇਲ ਅਤੇ ਫੀਮੇਲ ਦੋਨੋਂ ਹੀ ਕੈਂਡੀਡੇਟ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਅਗਰ ਮੈਂ ਗੱਲ ਕਰਾਂ ਇਸ ਦੇ ਵਿੱਚ ਤਾਂ ਜਿੰਨਾ ਕੈਂਡੀਡੇਟਸ ਨੇ 10th ਪਾਸ ਕੀਤੀ ਹੋਈ ਹੈ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਔਰ ਬਾਕੀ ਇਨਫੋਰਮੇਸ਼ਨ ਲਈ ਤੁਸੀਂ ਨੋਟੀਫਿਕੇਸ਼ਨ ਪੀਡੀਐਫ ਚੈੱਕ ਕਰ ਸਕਦੇ ਹੋ ਫਰੈਸ਼ਰਸ ਕੈਂਡੀਡੇਟ ਲਈ ਇਹ ਨੋਟੀਫਿਕੇਸ਼ਨ ਜਿਹੜਾ ਜੀ ਰਿਲੀਜ਼ ਕੀਤਾ ਗਿਆ ਹੈ ਸਿਲੈਕਸ਼ਨ ਪ੍ਰੋਸੀਜਰ ਦੀ ਗੱਲ ਕਰਾਂ ਤਾਂ ਮੈਰਿਟ ਬੇਸਿਸ ਤੇ ਤੁਹਾਡੀ ਸਿਲੈਕਸ਼ਨ ਜਿਹੜੀ ਹੈ ਜੀ ਉਹ ਹੋਣੀ ਹੈ ਜੀ ਔਨਲਾਈਨ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰਨਾ ਹੋਵੇਗਾ ਤੇ ਇਹਦੇ ਲਈ ਜਨਰਲ ਕੈਟਾਗਰੀ ਦੇ ਲਈ ਐਪਲੀਕੇਸ਼ਨ ਫੀ ਜਿਹੜੀ ਹੈ ਜੀ 100 ਰੁਪੀ ਰਹਿਣ ਵਾਲੀ ਹੈ ਤੇ ਜਿਹੜੇ ਕੈਂਡੀਡੇਟ ਐਸਸੀ ਐਸਟੀ ਫੀਮੇਲ ਤੇ ਅਦਰ ਕੈਟਾਗਰੀ ਵਾਲੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਐਪਲੀਕੇਸ਼ਨ ਫੀ ਪੇ ਨਹੀਂ ਕਰਨੀ ਹੋਏਗੀ ਸੋ ਤੁਸੀਂ ਇਹਦੇ ਲਈ ਜ਼ਰੂਰ ਅਪਲਾਈ ਕਰਨਾ ਹੋਏਗਾ ਜੀ ਵੈਕੈਂਸੀਜ਼ ਦੀ ਗੱਲ ਕਰਾਂ ਇੱਥੇ ਵੈਕੈਂਸੀ ਸਭ ਤੋਂ ਪਹਿਲੀ ਹੈਗੀਆਂ ਨੇ ਕੈਰੇਜ ਵਰਕ ਦਾ ਜੋ ਕਿ ਹੈਗੀਆਂ ਨੇ 936 ਪੋਸਟਾਂ 24 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਉਸ ਤੋਂ ਬਾਅਦ 골ਡਨ ਰੌਕ ਵਰਕਸ਼ਾਪ ਦੇ ਲਈ 700 756 ਪੋਸਟਾਂ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਜੀ ਤੇ ਇਹਦੇ ਵਿੱਚ 24 ਪੋਸਟ ਆਊਟ ਕੀਤੀਆਂ ਗਈਆਂ ਨੇ ਉਸ ਤੋਂ ਬਾਅਦ ਸਿਗਨਲ ਟੈਲੀਕਮ ਵਰਕਸ਼ਾਪ ਦੇ ਲਈ 1686 ਜਿਹਦੇ 24 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਟੋਟਲ ਤੇ 378 ਪੋਸਟਾਂ ਪਹਿਲੇ ਨੋਟੀਫਿਕੇਸ਼ਨ ਦੇ ਵਿੱਚ ਆਊਟ ਕੀਤੀਆਂ ਗਈਆਂ ਨੇ ਲਿੰਕ ਤੁਹਾਨੂੰ ਇੱਥੇ ਮਿਲ ਜਾਣਗੇ ਜੀ ਪਹਿਲਾ ਲਿੰਕ ਜਿਹੜਾ ਨੋਟੀਫਿਕੇਸ਼ਨ ਪੀਡੀਐਫ ਦਾ ਹੈ ਦੂਜਾ ਅਪਲਾਈ ਆਨਲਾਈਨ ਦਾ ਤੁਸੀਂ ਇੱਥੇ ਕਲਿੱਕ ਕਰਕੇ ਅਪਲਾਈ ਜਿਹੜਾ ਉਹ ਕਰ ਲੈਣਾ ਹੈ ਜੀ ਜਿਹਦੇ ਵਿੱਚ ਸਾਊਥਰਨ ਰੇਲਵੇ ਦੇ ਵਿੱਚ ਅਪ੍ਰੈਂਟਿਸ ਦੀਆਂ ਪੋਸਟਾਂ ਨੇ ਹੁਣ ਅਸੀਂ ਗੱਲ ਕਰਦੇ ਹਾਂ ਸੈਕੰਡ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਜੀ ਸੋ ਸੈਕੰਡ ਨੋਟੀਫਿਕੇਸ਼ਨ ਰੇਲਵੇ ਭਰਤੀ ਨੂੰ ਲੈ ਕੇ ਆ ਜੀ ਨਾਰਥਰਨ ਰੇਲਵੇ ਦੀ ਇਹਦੀ 올 ਇੰਡੀਆ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਇਹਦੇ ਲਈ ਵੀ 12 ਅਕਤੂਬਰ 2022 ਤੋਂ ਸਟਾਰਟ ਹੋ ਚੁੱਕਿਆ ਹੈ ਅਪਲਾਈ ਕਰਨਾ ਵਿਥਿਨ 30 ਡੇਸ ਤੁਹਾਨੂੰ ਇਹਦੇ ਲਈ ਅਪਲਾਈ ਜਿਹੜਾ ਜੀ ਉਹ ਕਰਨਾ ਹੋਏਗਾ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰੀਏ 올 ਮੇਲ ਐਂਡ ਫੀਮੇਲ ਕੈਂਡੀਡੇਟ ਜਿਹੜੇ ਨੇ ਦੋਨੋਂ ਹੀ ਇਹਦੇ ਲਈ ਐਲੀਜੀਬਲ ਨੇ ਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਜੀ ਉਸ ਤੋਂ ਬਾਅਦ ਗੱਲ ਕਰਾਂ ਐਲੀਜੀਬਿਲਿਟੀ ਦੀ ਜਿੰਨਾ ਕੈਂਡੀਡੇਟ 10th ਐਗਜ਼ਾਮੀਨੇਸ਼ਨ ਜਾਂ ਪਲੱਸ 2 ਪਾਸ ਆਊਟ ਕੀਤਾ ਹੋਇਆ ਹੈ 50% ਮਾਰਕਸ ਦੇ ਨਾਲ ਉਹਨਾਂ ਕੋ ਨੈਸ਼ਨਲ ਟ੍ਰੇਡ ਸਰਟੀਫਿਕੇਟ ਹੈਗਾ ਐਨਸੀਵੀਟੀ ਜਾਂ ਐਸਸੀਵੀਟੀ ਵੱਲੋਂ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ 8th ਪਾਸ ਕੈਂਡੀਡੇਟ ਵੀ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਬਸ਼ਰਤੇ ਤੁਹਾਡੇ ਕੋਲ ਨੈਸ਼ਨਲ ਟ੍ਰੇਡ ਸਰਟੀਫਿਕੇਟ ਹੋਣਾ ਜਿਹੜਾ ਜੀ ਉਹ ਜ਼ਰੂਰੀ ਹੋਏਗਾ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇਹਦੇ ਵਿੱਚ ਸਭ ਤੋਂ ਮੇਨ ਗੱਲ ਹੈ ਜੀ ਇੱਥੇ ਫ੍ਰੈਸ਼ਰਸ ਕੈਂਡੀਡੇਟ ਐਲੀਜੀਬਲ ਨੇ ਤੇ ਮੈਰਿਟ ਬੇਸਿਸ 'ਤੇ ਉਹਦੀ ਸਿਲੈਕਸ਼ਨ ਜਿਹੜੀ ਹੈ ਜੀ ਉਹ ਹੋਣੀ ਹੈ ਫੀਸ 100 ਰੁਪਏ ਹੀ ਰਹਿਣ ਵਾਲੀ ਹੈ ਉਹ ਵੀ ਜਨਰਲ ਕੈਟਾਗਰੀ ਲਈ ਬਾਕੀ ਸਾਰੀ ਕੈਟਾਗਰੀ ਲਈ ਕਿਸੇ ਤਰ੍ਹਾਂ ਦੀ ਫੀਸ ਤੁਸੀਂ ਪੇ ਨਹੀਂ ਕਰਨੀ ਹੈ ਟ੍ਰੇਡਸ ਦੀ ਗੱਲ ਕਰ ਲਾਂ ਇੱਥੇ ਤੇ ਸਭ ਤੋਂ ਪਹਿਲਾਂ ਫਿਟਰ ਦੀ ਵੈਕੈਂਸੀਜ਼ ਨੇ ਵੈਲਡਰ ਦੀਆਂ ਮਕੈਨਿਕਲ ਦੀਆਂ ਉਸ ਤੋਂ ਮਕੈਨਿਕਲ ਡੀਜ਼ਲ ਦੀਆਂ ਮਸ਼ੀਨਿਸਟ ਦੀਆਂ ਕਾਰਪੈਂਟਰ ਦੀਆਂ ਪੇਂਟਰ ਲਾਈਨਮੈਨ ਜਨਰਲ ਦੀਆਂ ਵਾਇਰਮੈਨ ਦੀਆਂ ਵੈਕੈਂਸੀਜ਼ ਨੇ ਰੈਫਰਿਜਰੇਸ਼ਨ ਐਂਡ ਏਸੀ ਮੈਕੈਨਿਕ ਦੀਆਂ ਨੇ ਉਸ ਤੋਂ ਬਾਅਦ ਇਲੈਕਟ੍ਰੀਸ਼ੀਅਨ ਮੈਕੈਨਿਕ ਮਸ਼ੀਨ ਦੀਆਂ ਨੇ ਤੋ ਉਸ ਤੋਂ ਬਾਅਦ ਟੂਲ ਮੇਨਟੇਨੈਂਸ ਦੀਆਂ ਵੈਕੈਂਸੀਜ਼ ਜਿਹੜੀਆਂ ਨੇ 3115 ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ ਇਹ ਚ ਵੀ 올 ਇੰਡੀਆ ਐਲੀਜੀਬਿਲਿਟੀ ਹੈ ਜੀ ਔਰ ਇਹਦੇ ਵਿੱਚ ਨੋਟੀਫਿਕੇਸ਼ਨ ਪੀਡੀਐਫ ਤੇ ਪਲੱਸ ਇਸੇ ਦੇ ਨਾਲ ਅਪਲਾਈ ਆਨਲਾਈਨ ਦਾ ਲਿੰਕ ਵੀ ਤੁਹਾਨੂੰ ਮੈਂ ਦਿੱਤਾ ਹੋਇਆ ਤੁਸੀਂ ਜ਼ਰੂਰ ਅਪਲਾਈ ਕਰ ਲੈਣਾ ਦੋਨਾਂ ਨੋਟੀਫਿਕੇਸ਼ਨ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮੈਂ ਦੇ ਦੇਵਾਂਗਾ ਤੁਸੀਂ ਚੈੱਕ ਜ਼ਰੂਰ ਕਰ ਲੈਣਾ ਜੀ ਇਹ ਦੋਨੋਂ ਨੋਟੀਫਿਕੇਸ਼ਨ ਜਿਹੜੇ ਨੇ ਇੱਕ ਸਾਊਥਨ ਔਰ ਇੱਕ ਈਸਟਰਨ ਰੇਲਵੇ ਵੱਲੋਂ ਆਊਟ ਕੀਤਾ ਗਿਆ ਹੈ ਜੀ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਹਰ ਇੱਕ ਨੋਟੀਫਿਕੇਸ਼ਨ ਲੈ ਕੇ ਆਂਦਾ ਹੀ ਰਵਾਂਗਾ ਸੋ ਹੁ ਧੰਨਵਾਦ ਜੀ